ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਛੋਟਾ ਵੀਰ ਰਜਿੰਦਰ ਬਰਾੜ ਅਤੇ ਦੋਸਤੋ ਮੈਂ ਹਾਜ਼ਰ ਹਾਂ ਇੱਕ ਵਾਰ ਫਿਰ ਤੋਂ ਇੱਕ ਨਵੀਂ ਵੀਡੀਓ ਲੈ ਕੇ। ਦੋਸਤੋ, ਅੱਜ ਆਪਾਂ ਇਸ ਵੀਡੀਓ ਰਾਹੀਂ ਪੰਜਾਬੀ ਐਕਟਰਸ ਸਰਵੀਨ ਚਾਵਲਾ ਦੀ ਗੱਲ ਕਰਾਂਗੇ। ਸੋ ਦੋਸਤੋ, ਤੁਹਾਨੂੰ ਰਿਕੁਐਸਟ, ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲਾਸਟ ਤੱਕ ਵਾਚ ਕਰੋ, ਕਿਉਂਕਿ ਆਪਾਂ ਇਸ ਵੀਡੀਓ ਰਾਹੀਂ ਸਰਵੀਨ ਚਾਵਲਾ ਦੇ ਫਿਲਮੀ ਕੈਰੀਅਰ ਦੀ ਗੱਲ ਕਰਾਂਗੇ, ਉਹਨਾਂ ਦੀ ਫੈਮਿਲੀ ਦੀ ਗੱਲ ਕਰਾਂਗੇ। ਇਸ ਤੋਂ ਇਲਾਵਾ ਆਪਾਂ ਇਹ ਗੱਲ ਕਰਾਂਗੇ ਕਿ ਸਰਵੀਨ ਚਾਵਲਾ ਦੀ ਮੈਰਿਜ ਹੋਈ ਕਿ ਨਹੀਂ, ਸਰਵੀਨ ਚਾਵਲਾ ਇੱਕ ਮੂਵੀ ਵਿੱਚ ਕੰਮ ਕਰਨ ਦੇ ਕਿੰਨੇ ਪੈਸੇ ਲੈਂਦੇ ਨੇ, ਸਾਰੀਆਂ ਗੱਲਾਂ ਇਸ ਵੀਡੀਓ ਰਾਹੀਂ ਕਰਾਂਗੇ। ਸੋ ਤੁਸੀਂ ਵੀਡੀਓ ਨੂੰ ਦੇਖਦੇ ਰਹੋ। ਇਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਜਲਦੀ ਹੋਰ ਰਿਕੁਐਸਟ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ RB ਪੰਜਾਬੀ ਫਨ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਵੀਰੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਕਿਉਂਕਿ ਮੈਂ ਇੱਦਾਂ ਦੀਆਂ ਵੀਡੀਓਜ਼ ਲੈ ਕੇ ਆਉਂਦਾ ਰਹਿੰਦਾ। ਸੋ ਦੋਸਤੋ, ਥੋੜ੍ਹਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਸਰਵੀਨ ਚਾਵਲਾ ਦੀ ਗੱਲ ਕਰ ਲੈਂਦੇ ਹਾਂ। ਦੋਸਤੋ, ਸਰਵੀਨ ਚਾਵਲਾ ਦਾ ਜਨਮ 16 ਜੁਲਾਈ 1984 ਨੂੰ ਚੰਡੀਗੜ੍ਹ ਵਿੱਚ ਹੋਇਆ ਅਤੇ ਉਹਨਾਂ ਦਾ ਬਚਪਨ ਚੰਡੀਗੜ੍ਹ ਵਿੱਚ ਹੀ ਬੀਤਿਆ। ਉਹਨਾਂ ਦੀ ਸਕੂਲਿੰਗ ਵੀ ਚੰਡੀਗੜ੍ਹ ਤੋਂ ਹੋਈ, ਉਸ ਤੋਂ ਬਾਅਦ ਉਹਨਾਂ ਨੇ ਗ੍ਰੈਜੂਏਸ਼ਨ ਵੀ ਚੰਡੀਗੜ੍ਹ ਤੋਂ ਹੀ ਕੀਤੀ। ਦੋਸਤੋ, ਉਹਨਾਂ ਦੇ ਫਾਦਰ ਸਾਹਿਬ ਇੱਕ ਬਿਜ਼ਨਸਮੈਨ ਨੇ, ਉਹਨਾਂ ਦੀ ਫੈਮਿਲੀ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਤੋਂ ਇਲਾਵਾ ਉਹਨਾਂ ਦੀ ਇੱਕ ਵੱਡੀ ਭੈਣ, ਉਹਨਾਂ ਦਾ ਇੱਕ ਭਰਾ। ਸਰਵੀਨ ਚਾਵਲਾ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਬਹੁਤ ਹੀ ਚਾਵਾਂ ਅਤੇ ਲਾਡਾਂ ਦੇ ਨਾਲ ਪਾਲਿਆ। ਸਰਵੀਨ ਚਾਵਲਾ ਦਾ ਇੱਕ ਸੁਪਨਾ ਸੀ ਕਿ ਉਹ ਇੱਕ ਫਿਲਮਾਂ ਦੇ ਵਿੱਚ ਜਾਣਾ ਚਾਹੁੰਦੇ ਸੀ। ਉਹਨਾਂ ਦੇ ਫਾਦਰ ਸਾਹਿਬ ਨੇ ਇਹ ਸੋਚ ਰੱਖਦੇ ਹੋਏ ਉਹਨਾਂ ਨੂੰ ਅੱਗੇ ਵਧਣ ਦਾ ਪੂਰਾ ਮੌਕਾ ਦਿੱਤਾ। ਸਰਵੀਨ ਚਾਵਲਾ ਦਾ ਇਹ ਸ਼ੌਂਕ ਸੀ ਕਿ ਉਹ ਫਿਲਮਾਂ ਦੇ ਵਿੱਚ ਕੰਮ ਕਰੇ ਅਤੇ ਬਚਪਨ ਤੋਂ ਉਹ ਐਕਟਿੰਗ ਵਾਲੇ ਪਾਸੇ ਉਹਨਾਂ ਦੀ ਰੁਚੀ ਕਾਫੀ ਜ਼ਿਆਦਾ ਸੀ। ਦੋਸਤੋ, ਆਪਾਂ ਗੱਲ ਕਰ ਚੁੱਕੇ ਹਾਂ ਕਿ ਸਰਵੀਨ ਚਾਵਲਾ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਅਤੇ ਜਦੋਂ ਉਹਨਾਂ ਨੇ ਗ੍ਰੈਜੂਏਸ਼ਨ ਆਪਣੀ ਕੰਪਲੀਟ ਕਰ ਲਈ, ਉਹਨਾਂ ਨੇ ਆਪਣੇ ਫਾਦਰ ਸਾਹਿਬ ਨੂੰ ਦੱਸਿਆ ਕਿ ਉਹ ਫਿਲਮਾਂ ਦੇ ਵਿੱਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਆ। ਸੋ ਉਹਨਾਂ ਦੇ ਫਾਦਰ ਸਾਹਿਬ ਨੇ ਉਹਨਾਂ ਨੂੰ ਮੁੰਬਈ ਜਾਣ ਦੀ ਪਰਮਿਸ਼ਨ ਦਿੱਤੀ। ਦੋਸਤੋ, ਦੱਸ ਦਈਏ ਕਿ ਉਹਨਾਂ ਨੇ 10 ਤੋਂ ਜ਼ਿਆਦਾ ਫਿਲਮਾਂ ਕੀਤੀਆਂ, ਉਹਨਾਂ ਦੀਆਂ ਜ਼ਿਆਦਾਤਰ ਫਿਲਮਾਂ ਸਕਸੈਸਫੁਲ ਹੀ ਰਹੀਆਂ। ਹਿੰਦੀ ਦੇ ਵਿੱਚ ਉਹਨਾਂ ਦੀ ਕੀਤੀ ਹੋਈ ਫਿਲਮ ਹੇਟ ਸਟੋਰੀ ਨੂੰ ਕੌਣ ਭੁੱਲ ਸਕਦਾ। ਦੋਸਤੋ, ਇਸ ਫਿਲਮ ਦੇ ਰਾਹੀਂ ਸਰਵੀਨ ਚਾਵਲਾ ਨੇ ਕਾਫੀ ਜ਼ਿਆਦਾ ਆਪਣੀ ਪਹਿਚਾਣ ਬਾਲੀਵੁੱਡ ਦੇ ਵਿੱਚ ਬਣਾਈ। ਇਸ ਤੋਂ ਇਲਾਵਾ ਜੇਕਰ ਆਪਾਂ ਪੰਜਾਬੀ ਸਿਨੇਮੇ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣਾ ਕੈਰੀਅਰ 2011 ਦੇ ਵਿੱਚ ਸ਼ੁਰੂ ਕੀਤਾ ਸੀ ਧਰਤੀ ਫਿਲਮ ਦੇ ਨਾਲ, ਜੋ ਕਿ ਉਹਨਾਂ ਦੀ ਜਿੰਮੀ ਸ਼ੇਰਗਿੱਲ ਦੇ ਨਾਲ ਫਿਲਮ ਸੀ। ਇਸ ਫਿਲਮ ਦੇ ਲਈ ਉਹਨਾਂ ਨੂੰ PTC ਵੱਲੋਂ ਅਵਾਰਡ ਵੀ ਦਿੱਤਾ ਗਿਆ। ਸੋ ਦੋਸਤੋ, ਹੁਣ ਆਪਾਂ ਗੱਲ ਕਰ ਲੈਂਦੇ ਹਾਂ ਸਰਵੀਨ ਚਾਵਲਾ ਦੀ ਮੈਰਿਜ ਬਾਰੇ ਕਿ ਉਹਨਾਂ ਦੀ ਮੈਰਿਜ ਹੋਈ ਜਾਂ ਨਹੀਂ। ਦੋਸਤੋ, ਕਾਫੀ ਸਾਰੇ ਲੋਕ ਇਹ ਕਹਿੰਦੇ ਨੇ ਕਿ ਸ਼ਾਇਦ ਸਰਵੀਨ ਚਾਵਲਾ ਦੀ ਮੈਰਿਜ ਹੋ ਚੁੱਕੀ ਹੈ, ਕੁਝ ਲੋਕ ਸਮਝਦੇ ਕਿ ਉਹਨਾਂ ਦੀ ਸ਼ਾਇਦ ਅੰਗੇਜਮੈਂਟ ਹੋ ਚੁੱਕੀ ਹੈ। ਤਾਂ ਮੈਂ ਇੱਥੇ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਸਰਵੀਨ ਚਾਵਲਾ ਅਜੇ ਤੱਕ ਸਿੰਗਲ ਨੇ, ਉਹਨਾਂ ਦੀ ਮੈਰਿਜ ਨਹੀਂ ਹੋਈ। ਇਸ ਤੋਂ ਇਲਾਵਾ ਦੋਸਤੋ, ਇੱਕ ਹੋਰ ਸਵਾਲ ਕਿ ਸਰਵੀਨ ਚਾਵਲਾ ਇੱਕ ਮੂਵੀ ਦੇ ਕਿੰਨੇ ਪੈਸੇ ਲੈਂਦੇ। ਇਹ ਕੋਈ ਆਪਾਂ ਪੱਕੇ ਤੌਰ 'ਤੇ ਨਹੀਂ ਕਹਿ ਸਕਦੇ ਕਿ ਸਰਵੀਨ ਚਾਵਲਾ ਇੱਕ ਮੂਵੀ ਦੇ ਕਿੰਨੇ ਪੈਸੇ ਲੈਂਦੇ। ਇਹ ਮੂਵੀ ਦੇ ਬਜਟ 'ਤੇ ਡਿਪੈਂਡ ਕਰਦਾ ਕਿ ਮੂਵੀ ਦਾ ਕਿੰਨਾ ਬਜਟ ਆ, ਉਸ ਹਿਸਾਬ ਨਾਲ ਪੈਸਿਆਂ ਦੀ ਗੱਲ ਕੀਤੀ ਜਾਂਦੀ ਹੈ। ਬਟ ਮੈਂ ਫਿਰ ਵੀ ਤੁਹਾਨੂੰ ਇੱਕ ਅੰਦਾਜ਼ੇ ਦੇ ਤੌਰ 'ਤੇ ਦੱਸ ਦਿੰਦਾ ਕਿ ਸਰਵੀਨ ਚਾਵਲਾ ਇੱਕ ਮੂਵੀ ਦੇ ਲਈ 50 ਤੋਂ 80 ਲੱਖ ਰੁਪਏ ਚਾਰਜ ਕਰਦੇ ਨੇ। ਸੋ ਦੋਸਤੋ, ਆਪਾਂ ਜਾਣਦੇ ਹਾਂ ਕਿ ਸਰਵੀਨ ਚਾਵਲਾ ਕਾਫੀ ਸਾਰੀਆਂ ਸੁਪਰ ਡੁਪਰ ਹਿੱਟ ਪੰਜਾਬੀ ਮੂਵੀਜ਼ ਦੇ ਚੁੱਕਿਆ, ਜਿਵੇਂ ਸਿੰਘ ਵਰਸਿਸ ਕੌਰ, ਡਿਸਕੋ ਸਿੰਘ, ਸਾਡੀ ਲਵ ਸਟੋਰੀ। ਸੋ ਦੋਸਤੋ, ਆਪਾਂ ਚਾਹਾਂਗੇ ਕਿ ਸਰਵੀਨ ਚਾਵਲਾ ਇਸੇ ਤਰ੍ਹਾਂ ਤਰੱਕੀਆਂ ਕਰਦੇ ਰਹਿਣ, ਪੰਜਾਬੀ ਦਰਸ਼ਕਾਂ ਦਾ ਇਸੇ ਤਰ੍ਹਾਂ ਮਨੋਰੰਜਨ ਕਰਦੇ ਰਹਿਣ। ਸੋ ਦੋਸਤੋ, ਉਮੀਦ ਆ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ। ਇਸ ਤੋਂ ਇਲਾਵਾ ਦੋਸਤੋ, ਜੇਕਰ ਤੁਹਾਡੀ ਕੋਈ ਫਰਮਾਇਸ਼ ਹੁੰਦੀ ਆ ਜਾਂ ਤੁਸੀਂ ਕਿਸੇ ਸਿੰਗਰ ਦੀ ਬਾਇਓਗ੍ਰਾਫੀ ਦੇਖਣੀ ਚਾਹੁੰਦੇ ਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਦੱਸਦੇ ਰਿਹਾ ਕਰੋ, ਅਸੀਂ ਉਹ ਵੀਡੀਓ ਤਿਆਰ ਕਰਾਂਗੇ। ਇਸ ਤੋਂ ਇਲਾਵਾ ਵੀਡੀਓ ਨੂੰ ਲਾਈਕ ਸ਼ੇਅਰ ਵੀ ਜ਼ਰੂਰ ਕਰੋ। ਥੈਂਕ ਯੂ ਸੋ ਮੱਚ।